ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਸੁਖਬੀਰ ਸਿੰਘ ਬਾਦਲ ਆਪਣੀ ਧਰਮ ਪਤਨੀ ਦੇ ਨਾਲ ਪਹੁੰਚੇ। ਨਤਮਸਤਕ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਟਕਸਾਲੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕਾਂਗਰਸ ਦੇ ਇਸ਼ਾਰੇ ਤੇ ਚੱਲ ਰਹੇ ਨੇ। ਉਹਨਾਂ ਕਿਹਾ ਕਿ DGP ਦੀ ਵੀ ਪੰਜਾਬ ਪੁਲਿਸ ਤੇ ਕੋਈ ਕੰਟਰੋਲ ਨਹੀਂ ਹੈ ਤੇ ਜਿੰਨੇ ਵੀ ਪੰਜਾਬ 'ਚ SSP DSP ਸਿਰਫ ਨਾਂ ਦੇ ਹੀ ਨੇ। ਉਹਨਾਂ ਕਿਹਾ ਕਿ ਇਹ ਸਾਰੇ ਕਾਂਗਰਸ ਨੂੰ ਰਿਪੋਰਟ ਕਰਦੇ ਨੇ ਤੇ ਫਿਰ ਉਹ ਫੈਸਲਾ ਕਰਦੇ ਨੇ ਕਿ ਕਿਸ ਨੂੰ ਫੜਨਾ ਹੈ ਤੇ ਕਿਸ ਨੂੰ ਛੱਡਣਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਪੰਜਾਬ ਦਾ ਕੰਮ ਨਹੀਂ ਚੱਲ ਸਕਦਾ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾ ਖਾਲੀ ਦਾ ਨਾਮ ਲੈ ਕੇ ਆਪਣੀਆਂ ਕਮਜ਼ੋਰੀਆਂ ਦਾ ਬਹਾਨਾ ਲਗਾ ਰਹੇ ਨੇ। ਸਰਕਾਰ ਦਾ ਕੋਈ ਖਜ਼ਾਨਾ ਖਾਲੀ ਨਹੀਂ ਹੈ, ਸਿਰਫ ਕਾਂਗਰਸ ਆਪਣੀ ਕਮਜ਼ੋਰੀਆਂ ਲੁਕਾਉਣ ਲਈ ਇਹ ਸਭ ਬੋਲ ਰਹੀ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਲੋਕਾਂ ਨੂੰ ਮਿਲ ਕੇ ਕੀਤਾ, ਪਰ ਕੈਪਟਨ ਸਾਹਿਬ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ। 26 ਜਨਵਰੀ ਨੂੰ ਕੈਪਟਨ ਸਰਕਾਰ ਵੱਲੋਂ ਮੋਬਾਈਲ ਫੋਨ ਦੇਣ ਦੇ ਵਾਅਦੇ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਨੇ ਸਿਰਫ ਤਰੀਕਾਂ ਹੀ ਦੇਣੀਆਂ ਨੇ, ਕੁਝ ਹੋਰ ਨਹੀਂ। ਜਿਵੇਂ ਕੋਰਟ 'ਚ ਤਰੀਕਾਂ ਪੈਂਦੀਆਂ ਨੇ, ਉਸੇ ਤਰ੍ਹਾਂ ਕੈਪਟਨ ਸਾਹਿਬ ਵੀ ਲੋਕਾਂ ਨੂੰ ਸਿਰਫ ਤਰੀਕ ਤੇ ਤਰੀਕ ਦੇ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਿਲਕੁਲ ਫੇਲ ਹੋ ਗਈ ਤੇ ਉਹ ਕੰਮ ਵੀ ਨਹੀਂ ਕਰਨਾ ਚਾਹੁੰਦੇ। ਅੱਜ ਜਿਹੜਾ ਪੰਜਾਬ ਹੈ, ਇਹਦੇ 'ਚ ਕਾਂਗਰਸ ਲੀਡਰਸ਼ਿਪ MLA ਹਲਕਾ ਇੰਚਾਰਜ ਇਹਨਾਂ ਦੇ, ਉਹ ਆਪਣੇ ਆਪ ਨੂੰ ਕਲੀਅਰ ਉਹਨਾਂ ਨੇ ਫੀਲਿੰਗ ਲੈ ਲਈ ਹੈ ਕਿ ਅਗਲੀ ਸਰਕਾਰ ਨਹੀਂ ਆਉਂਦੀ, ਕਿਉਂਕਿ ਜੈ ਜੈ ਕਰਤੂਤਾਂ ਇਸ ਸਰਕਾਰ ਦੀਆਂ। ਹੁਣ ਉਹ ਡਰੱਗ ਮਾਫੀਆ, ਸੈਂਡ ਮਾਫੀਆ ਵਾਲੇ ਨੇ ਅਤੇ ਗੈਂਗਸਟਰ ਨਾਲ ਮਿਲ ਕੇ ਹੁਣ ਉਹ ਸਾਰਾ ਕੁਛ ਹੀ, ਹੁਣ ਉਹਨਾਂ ਤੋਂ ਮੰਥਲੀ ਮਹੀਨਾ ਲੈਣ ਦੇ, ਮਹੀਨਾ ਲੈ ਕੇ ਉਹਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ। DGP ਪੰਜਾਬ ਦਾ ਕੋਈ ਕੰਟਰੋਲ ਪੰਜਾਬ ਪੁਲਿਸ 'ਤੇ ਨਹੀਂ ਹੈ। SSP ਜਿੰਨੇ ਪੰਜਾਬ 'ਚ ਹੈ, ਇਕੱਲੇ ਨਾਂ ਦੇ ਨਾਤੇ SSP ਲੱਗੇ ਹੈ, ਜਿੰਨੇ DSP ਹੈ ਅਤੇ ਜਿੰਨੇ ਥਾਣੇਦਾਰ ਹੈ, ਉਹ ਸਾਰੇ ਕਾਂਗਰਸ ਦੀ ਲੀਡਰਸ਼ਿਪ ਨੂੰ, ਲੋਕਲ ਲੀਡਰਸ਼ਿਪ ਨੂੰ ਰਿਪੋਰਟ ਕਰਦੇ ਹੈ। ਉਹ ਫੈਸਲਾ ਕਰਦੇ ਹੈ ਅੱਜ ਕਰਨਾ ਕੀ ਹੈ, ਕਿਹਨੂੰ ਛੱਡਣਾ। ਮੈਂ ਤੁਹਾਨੂੰ ਕਈ ਕੇਸ ਦੱਸ ਸਕਦਾ ਜਿੱਥੇ ਡਰੱਗ ਕੋਈ ਇਮਾਨਦਾਰ ਪੁਲਿਸ ਡਰੱਗਸ ਵੇਚਣ ਵਾਲੇ ਫੜੇ ਅਤੇ ਕਾਂਗਰਸ ਦੇ ਲੀਡਰਾਂ ਨੇ ਸ਼ਾਮ ਤੱਕ ਖਜ਼ਾਨਾ ਖਾਲੀ ਦੇ ਬਹਾਨਾ ਲਾ ਕੇ ਆਪਣੀਆਂ ਕਮਜ਼ੋਰੀਆਂ ਲੁਕਾ ਰਹੇ। ਸਰਕਾਰ ਦਾ ਕੋਈ ਖਜ਼ਾਨਾ ਖਾਲੀ ਨਹੀਂ ਹੈ। ਅਸੀਂ 10 ਸਾਲ ਕੰਮ ਕੀਤਾ ਸੀ, ਬਾਦਲ ਸਾਹਿਬ ਨੇ ਇੱਕ ਵਾਰ ਵੀ ਅਸੀਂ ਸਟੇਟਮੈਂਟ ਖਜ਼ਾਨਾ ਖਾਲੀ ਦੀ ਨਹੀਂ ਦਿੱਤੀ ਸੀ। ਤੁਸੀਂ ਦੇਖੋ ਕਿਵੇਂ ਇਨਫਰਾਸਟ੍ਰਕਚਰ ਡਿਵੈਲਪ ਕੀਤਾ, ਕਿਵੇਂ ਹਰ ਚੀਜ਼ ਸਹੀ ਟਾਈਮ 'ਤੇ ਆਉਂਦੀ ਸੀ, ਹਰ ਗਰੀਬ ਕਿਸਾਨ ਮਜ਼ਦੂਰ ਨੂੰ ਸਹੂਲਤਾਂ ਮਿਲ ਰਹੀਆਂ ਸੀ। ਇਨਫਰਾਸਟ੍ਰਕਚਰ ਦੇਖੋ, ਸੜਕਾਂ ਤੋਂ ਲੈ ਕੇ ਜਿਹੜਾ ਬਿਜਲੀ ਦੀ ਜਿਹੜੀ ਸਮੱਸਿਆ, ਸਾਰੀਆਂ ਸਮੱਸਿਆ ਅਸੀਂ ਹੱਲ ਕੀਤੀਆਂ। ਪਰ ਆਹ ਤਾਂ ਕੈਪਟਨ ਸਾਹਿਬ ਤਾਂ ਮਿਲਦੇ ਹੀ ਨਹੀਂ, ਆਉਂਦੇ ਹੀ ਨਹੀਂ, ਮੁੱਖ ਮੰਤਰੀ ਨਾਂ ਦਾ ਨਹੀਂ। ਹੁਣ ਗੁਰੂ ਦੀ ਨਗਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, 3 ਸਾਲ ਹੋ ਗਏ। ਤੁਸੀਂ ਦੇਖੋ ਕਿੰਨੀ ਵਾਰ ਕੈਪਟਨ ਅਮਰਿੰਦਰ ਸਿੰਘ ਇੱਥੇ ਆਏ ਹੈ, ਤੁਸੀਂ ਮੀਡੀਆ ਲਿਓ। ਜਿਹੜੀ ਵਿਰਾਸਤ ਮਾਰਗ ਅਤੇ ਜਿਹੜੀਆਂ ਦੂਜੀਆਂ ਚੀਜ਼ਾਂ ਇੱਥੇ ਬਣਾਈਆਂ ਸੀ, ਸਾਰੀਆਂ ਖਿਲ ਰਹੀਆਂ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਕੁਛ ਨਹੀਂ ਦੇਣਾ, ਇਹਨੇ ਕੁਛ ਨਹੀਂ ਦੇਣਾ। ਆਹ ਤਰੀਕਾਂ ਲਈ ਜਾਂਦੇ ਹੈ, ਜਿਵੇਂ ਕੋਰਟਾਂ 'ਚ ਤਰੀਕਾਂ ਪੈਂਦੀਆਂ, ਆਹਦਾ ਤਰੀਕ ਪੇ ਤਰੀਕ ਦੇਈ ਜਾਂਦੇ ਹੈ। ਹੁਣ ਅਗਲੀ ਤਰੀਕ ਦੇ ਦੇਣਗੇ, ਉਹਦੇ ਬਾਅਦ ਅਗਲੀ ਤਰੀਕ ਦੇਣਗੇ। ਪੰਜਾਬ ਦੀ ਜਨਤਾ ਨੂੰ, ਪੰਜਾਬ ਦੀ ਜਨਤਾ 2 ਸਾਲ ਬਾਅਦ ਇਹਨਾਂ ਨੂੰ 21 ਤਰੀਕ ਦੇ ਦੂਗੀ ਇਹਨਾਂ ਦੀ ਖਾਤਮੇ ਦੀ। ਸੀ, ਮੈਂ ਇਹਦੇ 'ਚ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਪੰਜਾਬ ਸਰਕਾਰ ਦਾ ਮਸਲਾ,
ਪੰਜਾਬ ਸਰਕਾਰ ਫੈਸਲਾ ਮੈਂ ਉਹੀ ਕਹਿਣਾ ਕਿਉਂਕਿ ਸਿੰਘ ਸਾਹਿਬ ਜਸਦਾ ਜੀ ਦੀ ਹੁਣ ਨੌਲੇਜ 'ਚ ਆ ਗਿਆ ਚੀਜ਼ਾਂ ਜੋ ਸਾਨੂੰ ਆਦੇਸ਼ ਹੋਊਗਾ ਅਸੀਂ ਤਾਂ ਨਾਲ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ ਪੰਜਾਬ